पठानकोट के हलका भोवा के एरिया सरना अड्डे के पास एक लूटपाट व लड़ाई झगड़े का मामला सामने आया है। बताया जा रहा है कि इसके पीछे शराब कारोबारियों के करिंदों का हाथ है। बता दें कि पहला मामला नरोट मेहरा गांव के पास उड़ती दाना मंडी का है। यहां इन करिंदों ने एक आड़ती पर तेजधार हथियारों से जानलेवा हमला किया, जिसमें आड़ती को छुड़ाने आया उसका भाई घायल हो गया। इन आड़तियों का कहना है कि यह लोग उनसे करीब 2.5 लाख रुपए की राशि भी लूट कर ले गए। दूसरा मामला पठानकोट के पास हुआ है। यहां एक अन्य शराब कारोबारियों के करिंदों ने एक बिजली विभाग के अफसर पर तेजधार हथियारों से हमला किया और उसकी डस्टर कार को भी तोड़फोड़ किया। बताया जा रहा है कि यह लोग नशे में टल्ली थे, जिसके बाद इन लोगों की गाड़ी भी भागते समय दुर्घटनाग्रस्त हो गई। बिजली विभाग के अफसर और आड़तियों ने इसकी शिकायत पुलिस में दर्ज करवाई और इंसाफ की मांग की है। उधर पुलिस अधिकारी ने बताया कि मामला उनके पास आ गया है और वह इसकी जांच कर रहे हैं। उन्होंने कहा कि इसमें जो भी दोषी पाया जाएगा उन पर बनती कार्रवाई की जाएगी। मेरा नाम जी कुशल है, ते मेरे बड़े भाजी जी ਇਹ ਗੱਡੀ ਦੇ ਵਿੱਚ ਇਹਨਾਂ ਨੂੰ ਭੇਜਿਆ ਜਾਂ ਕੋਈ ਆਇਆ ਵੀ ਤੁਸੀਂ ਗੱਡੀ ਦੇ ਵਿੱਚ ਨਿਕਲ ਜਾਓ ਅੱਗੇ ਨੂੰ ਵੀ। ਕਿੰਨੇ ਕੁ ਵਜੇ ਦੀ ਗੱਲ ਹੈ? ਇਹ ਵਾਕਿਆ ਕੋਈ 10:30 11:30 ਦੇ ਵਿੱਚ ਦਾ ਹੈ। ਆਪਣਾ ਕੰਮ ਸਾਰਾ ਨਿਬੇੜ ਕੇ ਆਪਾਂ ਨਿਕਲਦੇ ਪਏ ਸੀ। ਮੇਰੇ ਚਾਚਾ ਜੀ, ਮੈਂ ਉਹਨਾਂ ਨੂੰ ਕਿਹਾ ਵੀ ਚਲੋ ਅਸੀਂ ਮੋਟਰਸਾਈਕਲ 'ਤੇ ਚੱਲਦੇ ਹਾਂ ਅਤੇ ਭਾਈ ਨੂੰ ਕਿਹਾ ਤੁਸੀਂ ਗੱਡੀ ਲੈ ਕੇ ਚੱਲੋ। ਜਲੇ ਨੂੰ ਅੱਗੇ ਥੋੜ੍ਹੀ ਜਿਹੀ ਅੱਗੇ ਗਿਆ ਅਤੇ ਰੋਡ 'ਤੇ ਉਹਨਾਂ ਨੂੰ ਘੇਰ ਲਿਆ ਭਾਅ ਜੀ ਉਹਨਾਂ ਨੂੰ। ਭਾਅ ਜੀ ਉਹਨਾਂ ਨੂੰ ਘੇਰ ਕੇ ਜਦ ਤੱਕ ਮੈਂ ਉੱਥੇ ਪਹੁੰਚਿਆ ਉਹਨਾਂ 'ਤੇ ਜਾਨਲੇਵਾ ਹਮਲਾ ਕੀਤਾ ਸੀ ਉਹਨਾਂ ਨੇ ਅਤੇ ਨਸ਼ੇ ਨਾਲ ਰੱਜੇ ਹੋਏ ਸੀ ਉਹ। 3 ਗੱਡੀਆਂ ਸੀ ਉਹਨਾਂ ਦੀਆਂ ਅਤੇ ਗਾਲੀ ਗਲੋਚ ਮਾਂ ਭੈਣ ਦੀਆਂ ਜੋ ਵੀ ਆਇਆ ਸੀ ਜਿੱਦਾਂ ਵੀ ਆਇਆ ਸੀ ਸਭ ਕੁਛ ਕਰਦੇ ਪਏ ਸੀ ਉਹਨਾਂ ਕੋਈ ਸਮਝ ਨਹੀਂ ਆਉਂਦੀ ਵੀ ਕਿਹਦੇ ਨਾਲ ਗੱਲ ਕਰਦੇ ਪਏ ਆ ਕਿਹਦੇ ਨਾਲ ਨਹੀਂ ਕਰਦੇ ਪਏ ਆ। ਉਹਨਾਂ ਨੇ ਦਾਤਾਂ ਨਾਲ ਹਮਲਾ ਵੀ ਕੀਤਾ ਆ, ਉਹਦਾ ਜਿਹੜਾ ਹਥਿਆਰ ਆ ਅਸੀਂ ਖੋਹ ਕੇ ਆਪਣੇ ਕੋਲ ਜ਼ਬਤ ਕੀਤਾ ਹੋਇਆ। 2 ਬੰਦੇ ਉਹਨਾਂ ਨੇ ਫੜ ਕੇ ਵੀ ਦਿੱਤੇ ਆ, ਵਿੱਚ ਬਚਾਅ ਕਰਨ ਮੈਂ ਗਿਆ ਅਤੇ ਇਹ ਦੇਖੋ ਜੀ ਮੇਰੇ ਸੱਟਾਂ ਵੀ ਲਾਈਆਂ ਉਹਨਾਂ ਨੇ। ਕੌਣ ਲੋਕ ਸੀਗੇ ਇਹ? ਜਿਹੜੇ ਐਕਸਾਈਜ਼ ਵਾਲੇ ਕਹਿੰਦੇ ਵੀ ਐਕਸਾਈਜ਼ ਵਾਲੇ ਜਿਹੜੇ ਘੁੰਮਦੇ ਆ ਡਾਲੇ ਗੱਡੀਆਂ ਲੈ ਕੇ ਜਿਹੜੇ ਘੁੰਮਦੇ ਆ ਨਾ, ਇਹ ਉਹ ਬੰਦੇ ਸੀਗੇ। ਕਿੰਨੇ ਕੁ ਵਜੇ ਦੀ ਵਾਰਦਾਤ ਹੈਗੀ? 10:30-11 ਦੇ ਵਿੱਚ ਦੀ ਵਾਰਦਾਤ ਹੈ ਜੀ। ਅੱਠ 9 ਸਾਲ ਤੋਂ ਆੜਤ ਦਾ ਕੰਮ ਕਰ ਰਿਹਾ ਜੀ। ਅਤੇ ਰਾਤ ਨੂੰ ਜਦੋਂ ਮੈਂ ਇੱਥੇ ਮੰਡੀ ਤੋਂ ਕੰਮ ਕਰਵਾ ਕੇ ਘਰ ਵਾਪਸ ਜਾ ਰਿਹਾ ਸੀ ਅਤੇ ਰਸਤੇ ਦੇ ਵਿੱਚ ਮੈਂ ਜਿਸ ਤਰ੍ਹਾਂ ਹੀ ਸੜਕ 'ਤੇ ਚੜ੍ਹਿਆ ਮੰਡੀੋਂ ਨਿਕਲ ਕੇ, ਅਤੇ ਕੁਛ ਅਣਪਛਾਤੇ ਬੰਦੇ ਜਿਹੜੇ ਕਿ ਬਾਅਦ 'ਚ ਸਾਨੂੰ ਪਤਾ ਲੱਗਾ ਕਿਸੇ ਬੰਦੇ ਤੋਂ ਕਿ ਕਿਹੜੇ ਬੰਦੇ ਆ, ਉਹਨਾਂ ਨੇ ਮੇਰੇ 'ਤੇ ਜਾਨਲੇਵਾ ਹਮਲਾ ਕਰਤਾ ਜੀ। ਦਾਤਰ ਲੈ ਕੇ ਅਤੇ ਮੇਰੇ ਕੋਲੋਂ 2.5 ਲੱਖ ਰੁਪਈਆ ਕੋਲ ਸੀ ਕਿ ਜਿਹੜਾ ਮੇਰੇ ਕੋਲ ਖੋਹ ਕਰਕੇ ਲੈ ਗਿਆ ਅਤੇ ਨਾਲ ਜਾਨਲੇਵਾ ਹਮਲਾ ਕੀਤਾ ਮੇਰੇ 'ਤੇ ਜੀ। ਕੌਣ ਸੀਗੇ ਉਹ ਬੰਦੇ? ਉਹ ਜੀ 2 ਕੀ ਕਹਿੰਦੇ ਆ ਕੈਂਟਰ, ਕੀ ਕਹਿੰਦੇ ਆ ਬਲੈਰੋ ਕੈਂਟਰ ਸੀ, ਉਹਦੇ 'ਤੇ ਕੋਈ 10-12 ਬੰਦੇ ਜੀ ਸਵਾਰ ਹੋ ਕੇ ਆਏ ਜੀ। ਉਹ ਲੱਗਦਾ ਕਿ ਜਿਹੜੀ ਸਾਹਿਲ ਭੱਲਾ ਦੀ ਸ਼ਰਾਬ ਦਾ ਕਾਰੋਬਾਰੀ ਆ ਉਹਦੇ ਬੰਦੇ ਸੀ ਜੀ। ਇਸ ਬਾਰੇ 'ਚ ਤੁਸੀਂ ਕੋਈ ਕੰਪਲੇਂਟ? ਹਾਂਜੀ, ਮੈਂ ਰਾਤ ਨੂੰ ਔਨਲਾਈਨ ਕੰਪਲੇਂਟ ਕੀਤੀ ਸੀ ਜੀ। DFC ਸਾਹਿਬ ਆਏ ਸੀ, ਉਹਨਾਂ ਨੇ ਇਹਦਾ ਸੰਗਿਆਨ ਲਿਆ ਪੂਰਾ, ਅਤੇ ਹੁਣ ਉਹਨਾਂ ਨੇ ਸਾਨੂੰ ਸੱਦਿਆ ਉੱਥੇ ਕਿ ਹੁਣ ਪੁੱਛਾਂਗੇ ਉਹਨਾਂ ਨੂੰ ਕੀ ਆ ਗਏ, ਉਹਨਾਂ ਨੇ ਕਾਰਵਾਈ ਕੀਤੀ। ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕੀਤੀ ਜਾਵੇ ਗੁੰਡਾਗਰਦੀ ਰੋਕੀ ਜਾਵੇ, ਕਿਉਂਕਿ ਅਸੀਂ ਰਾਤ ਬਰਾਤੇ ਘਰ ਜਾਣਾ ਔਰ ਅਸੀਂ ਸ਼ਰੀਫ ਤੱਕ ਆਪਣਾ ਕੰਮ ਕਰਨ ਵਾਲੇ ਬੰਦੇ ਹਾਂ, ਅਤੇ ਜੇ ਇਸ ਤਰ੍ਹਾਂ ਹੀ ਹਮਲੇ ਹੁੰਦੇ ਹੋ ਔਰ ਰਹਿਣਗੇ ਤਾਂ ਅਸੀਂ ਕੰਮ ਕਿਸ ਤਰ੍ਹਾਂ ਕਰਾਂਗੇ, ਅਤੇ ਇਹਦੇ 'ਤੇ ਠੋਕਵਾਂ ਪਰਚਾ ਕੀਤਾ ਜਾਵੇ। ਇਹ ਆਰਤੀ ਹੈ ਨਰੋਟ ਬੇਰੇ ਤੋਂ, ਇਹਨੇ ਔਨਲਾਈਨ ਕੰਪਲੇਂਟ ਕੀਤੀ ਸੀਗੀ ਕਿ ਮੈਨੂੰ ਕੁਛ ਠੇਕੇ ਦੇ ਕਰਿੰਦੇ ਆ ਕੇ ਮੇਰੇ ਨਾਲ ਲੜਾਈ ਝਗੜਾ ਕੀਤਾ ਆ, ਜਿਸ ਸੰਬੰਧੀ ਅਫਸਰ ਵੀ ਮੌਕੇ 'ਤੇ ਪੁੱਜੇ ਤਫਤੀਸ਼ ਕਰਦੇ ਪਏ ਨੇ, ਜੋ ਸਾਹਮਣੇ ਆਏਗੀ ਤਦ ਕਾਰਵਾਈ ਕੀਤੀ ਜਾਏਗੀ। ਤੂੰ ਆਪਣੀ ਮੰਡੀ ਚੱਲ, ਮੈਂ ਤੈਨੂੰ ਰਾਜਨ ਨੂੰ ਆਪਣੇ
ਅੰਦਰ ਗੱਲ ਤੋਂ ਬੇਦੇ ਬਾਹਰ ਕੰਮ ਕਰ ਰਿਹਾ ਤਾਂ ਨਹੀਂ ਲੱਭੇ ਜੀ।